ਏ ਆਕਾਸ਼ਵਾਣੀ ਜੰਮੂ ਹੈ ਸਨਿਆ ਖਬਰਿੰਚ ਤੁੰਦਾ ਸਵਾਗਤ ਪਹਿਲੇ ਖਾਸ ਖਬਰੇ ਕਰਨੇ ਮੈਂ ਵਿਜੇ ਬਜਾਜ ਉਪਰਾਸ਼ਟਪਤੀ ਜਗਦੀਪ ਧਨਖੜੌਰ ਕੱਲ ਜੰਮੂ ਕਸ਼ਮੀਰ ਤੇ ਦੌਰੇ ਪਰ ਆਵਰਦਨ ਉਸਕੋਸਟ ਜੰਮੂ ਦੇ ਦੀਕਸ਼ਾਂਤ ਸਮਾਰੋਚ ਸਲੈੰਗਨ ਤੇ ਕਠੂਆ ਚ ਸਟਾਰਟਅਪ ਐਕਸਪੋ ਦਾ ਉਦਘਾਟਨ ਵੀ ਕਰਨਗਣ ਵਿਕਸਿਤ ਭਾਰਤ ਸੰਕਲਪ ਯਾਤਰਾ ਜੰਮੂ ਸੰਭਾਗ ਚ ਜੋਰੇ ਸ਼ੋਰੇ ਚਾਰੀ ਹੈ ਇਸ ਯਾਤਰਾ ਤੇ ਰਾਂ ਲੋਕਾਂ ਕੀ ਸਰਕਾਰੀ ਯੋਜਨਾਏ ਤੇ ਉਹਨਦੇ ਫਾਇਦੇ ਬਾਰੇ ਜਾਗਰੂਕ ਬਨਾਇਆ ਜਾ ਕਰਦਾ ਹੈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀਓ ਨੇ ਆਖਿਆ ਜੇ ਅਜੇ ਤੱਕ 22 ਮੁਲਕ ਤੇ 12 ਅੰਤਰਰਾਸ਼ਟਰੀ ਸੰਗਠਨ ਵਿਸ਼ਵਿਕ ਜੈਵਿਕ ਇੰਦਨ ਗਠਬੰਧਨ ਕਰਨ ਨਾਲ ਜੁੜੀ ਚੁਕੇ ਦਿਨ ਤੇ ਆਉਂਦੀ 5 ਜਨਵਰੀ ਕੀ ਮਨਾਏ ਜਾਣ ਵਾਲੇ ਪ੍ਰਕਾਸ਼ ਪर्व ਦੇ ਸਰਬੰਧ ਚ ਅੱਜ ਜੰਮੂ ਸ਼ਹਿਰਾ ਚ ਇੱਕ ਵੱਡੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ ਸ਼ੁਕਰੀਆ ਵਿਜੇ ਉਪਰਾਸ਼ਪਤੀ ਜਗਦੀਪ ਧਨਖੜੋਰ ਕੱਲ 4 ਜਨਵਰੀ ਕੀ ਜੰਮੂ ਕਸ਼ਮੀਰ ਦੇ ਇੱਕ ਰੋਜ਼ਾ ਦੌਰੇ ਪਰ ਆਵਾਕਰ ਦੇਣਾ इस दौरान उ शेर कश्मीर एग्रीकल्चर यूनिवर्सिटी स्कॉस्ट जम्मू दे 8वें दीक्षांत समारोह बतौर मुख्य प्रोने शिरकत करंगन इते अलावा उपराष्ट्रपति और कलकठुआज स्टार्टअप एक्सपो दा उद्घाटन भी करंगन इस प्रदर्शनी च उत्तर भारत दे राजनीतिमा 25 स्टार्टअप अपने उत्पाद प्रदर्शित करंगन इते अलावा 6 महिला उद्यमी भी इस एक्सपो च हिस्सा ले कर दिया ना आज नई दिल्ली च संवादाता सम्मेलन की संबोधित करते हुए केंद्रीय विज्ञान ते टेक्नोलॉजी मंत्री डॉ जितेंद्र सिंह ओरिया के आज ਨਵੇਂ ਬਰੇਂਚ ਸਟਾਰਟਅਪਸ ਦੇ ਖੇਤਰ ਵਿੱਚ ਖਰਾ ਮਤਵ ਵਿਕਾਸ ਦਰਜ ਕੀਤਾ ਗਿਆ ਹੈ ਉਹਨਾਂ ਗਿਲਾਏ ਦੇ ਮਲਕਾਂ ਦੇ ਸਟਾਰਟਅਪਸ ਦੀ ਗਿੰਤਰੀ 2014 ਚ ਤਕਰੀਬਨ 350 ਹੀ ਪਰ ਅੱਜ ਇਹ ਗਿੰਤਰੀ 1 ਲੱਖ ਦੇ ਪਾਰ ਪੁੱਜ ਗਈ ਦੀ ਹੈ ਕੱਲ ਆਯੋਜਿਤ ਹੋਣ ਵਾਲੀ ਪ੍ਰਦਰਸ਼ਨੀ ਦਾ ਵਿਸ਼ੇਸਾਰ ਹੈ ਉੱਤਰ ਭਾਰਤ ਚ ਨਵੇਂ ਉਭਰਾ ਕਰਦੇ ਸਟਾਰਟਅਪਸ ਸਰਬੰਧੀ ਰੁਝਾਨ ਮੁਲਖਾ ਦੇ ਮਤਸਾਰੇ ਸੇ ਜੋ ਬੜੀ ਮੱਤੀ ਠੰਡੂ ਦੇ ਬਾਵਜੂਦ ਵੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਪ੍ਰੋਗਰਾਮ ਵਿੱਚ ਲੋਕਾਂ ਦੇ ਸ਼ਾਮਲ ਹੋਣੇ ਚ ਕੋਈ ਕਮੀ ਨਹੀਂ ਆਈ ਹੈ। ਜੰਮੂ ਕਸ਼ਮੀਰ ਦੇ ਬਾਖਪਕ ਜ਼ਿਲ੍ਹੇਂ ਜਿੰਦੇ ਜੇ ਦੂਰ ਦਰੇ ਪਹਾੜੀ ਤੇ ਬੰਨੇ ਕਨੇ ਲੱਗਦੇ ਇਲਾਕੇ ਵੀ ਸ਼ਾਮਲ ਨ ਉੱਥੇ ਵੀ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਜੋਸ਼ ਬਰੋਬਰ ਬਰਕਰਾਰ ਹੈ। ਕੁਠਵਾ ਜ਼ਿਲ੍ਹੇ ਦੀਆਂ ਬਾਖਪਕ ਪੰਚਾਇਤਾਂ ਚ ਵਿਕਸਿਤ ਭਾਰਤ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। ਮਕਾਮੀ ਲੋਕ ਯਾਤਰਾ ਦਾ ਜ਼ੋਰਦਾਰ ਸਵਾਗਤ ਕਰਦੇ ਨੇ। ਇਸ ਮੌਕੇ ਪ੍ਰਧਾਨ ਮੰਤਰੀ ਹੁੰਦਾਸ ਨਿਆਸ ਨਾਇਆ ਜਾ ਰਿਹਾ ਹੈ ਜਿਹੜੇ लोकें की सरकार दिए स्कमें बारे जानकारी उन्हें इंदा लाह ठोने प्रेरित किया जाता है मकामी लोकें का आखना है जे सेहत क्षेत्र होए या शिक्षा ਕਰੀਪੇਂ ਕੀ ਕਰ ਮਕਾਨ ਦੇਣਾ ਜਾਂ ਗੈਸ ਕਨੈਕਸ਼ਨ ਦੇਣਾ ਸਰਕਾਰ ਦੀਆਂ ਸਕੀਮਾਂ ਕਨੇ ਲੋਕਾਂ ਦੇ ਜੀਵਨ ਸਤਰਜ ਬੜਾ ਮਤਾ ਸੁਧਾਰ ਉਹ ਕਰਦਾ ਰਿਆਸੀ ਜ਼ਿਲੇ ਚ ਵਿਕਸਿਤ ਪਾਰ ਸੰਕਲਪ ਯਾਤਰਾ ਦੀ ਆਈਈਸੀ ਵੈਨ ਦਾ ਹਰ ਬਲਾਕ ਹਰ ਪੰਚਾਇਤ ਤੇ ਜ਼ੋਰਦਾਰ ਸਵਾਗਤ ਦੇਖਣੇ ਲਈ ਪਰਦਾ ਐਲਈਡੀ ਲੱਗੀ ਦੀ ਇਹ ਵੈਨ ਲੋਕਾਂ ਕੀ ਵਿਕਸਿਤ ਪਾਰ ਦੇ ਲਕਸ਼ ਬਾਰੇ ਜਾਗਰੂਕ ਤੇ ਜਾਣਕਾਰ ਬਣਾ ਕਰਦੀ ਹੈ ਲੋਕਾਂ ਕੀ ਇਸ਼ਤਿਹਾਰ ਤੇ ਪਰਚੇ ਰਾਂ ਵੀ ਸਰਕਾਰ ਦੀਆਂ ਸਕੀਮਾਂ ਲਾਟ ਹੋਣ ਦਾ ਤਰੀਕਾ ਤੇ ਪ੍ਰਕਿਰਿਆ ਸਮਝਾਈ ਚਾਰਦੀ ਹੈ ਵੈਨ ਤੇ ਅਨੇ ਅਲੀ ਥਾਰ ਪੁੱਜਦੇਗੇ ਲੋਕੀਂ ਦੇ ਕਿੱਠੂ ਤੇ ਲੱਗੀ ਜਾਂਦੇ ਨੇ ਅੱਜ ਗਜੋਰੀ ਪੰਚਾਇਤ ਚ ਵਿਕਸਿਤparat ਸੰਕਲਪ ਯਾਤਰਾ ਦੇ ਲਾਭਾਰਤੀ ਸਾਡੇ ਸੰਪਾਦਾਤਾ ਦਵਿੰਦਰ ਠਾਕੁਰ ਕਨੇ ਗਾਲ ਕਰਦੇ ਹੋ ਯਾਖਿਆ शुक्र गुजार क्योंकि पिछले दिन गवर्नमेंट ने जो यूनिट लाए थे उस यूनिट में जो हम लोगों का चीरी डाला चीरी में जो लोग आए थे उनको बहुत अच्छा बेनिफिट मिला बेसमेंट्री की तरफ से वाले ऐसी मोदी कार्ड तो आ मेरी टांग टूटी थी ना मैं गई थी जम्मू मेरा कार लगा था उधर उसका भी बहुत फायदा होगा मेरे पास पैसे नहीं थे मैंने वो कार लगाया कार लगाने के मेरा प्रश्न हुआ फिर मैं ठीक चल रही ਪੈਟਰੋਲੀਅਮ ਤੇ ਕੁਦਰਤੀ ਗੈਸ ਨਾਲ ਸੰਬੰਧੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਹੋਰੇ ਆਖਿਆ ਹੈ ਕਿ ਅਜੇ ਤੋੜੀ ਕੁੱਲ 22 ਮੁਲਕ ਤੇ 12 ਅੰਤਰਰਾਸ਼ਟਰੀ ਸੰਗਠਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਆਸਿਆ ਨਵੀਂ ਦਿੱਲੀ ਚ G20 ਸ਼ਿਖਰ ਸੰਮੇਲਨ ਦੌਰਾਨ ਸ਼ੁਰੂ ਕੀਤੇ ਗਏ ਦੇ ਜੈਵ ਇੰਧਨ ਬਾਰੇ ਗਲੋਬਲ ਬਾਇਓਫਿਊਲ ਅਲਾਈਅੰਸ ਅਧ ਸ਼ਾਮਲ ਹੋ ਚੁੱਕੇ ਦੇ ਨ ਉਹਨੇ ਆਖਿਆ ਜੇ ਹੋਰ ਮਤੇ ਮੁਲਕ ਤੇ ਸੰਗਠਨ ਇਹਦੇ ਚ ਸ਼ਾਮਲ ਹੋਣੇ ਦੀ ਦਿਲਚਸਪੀ ਦੱਸਾ ਕਰ ਦੇਣ ਮੀਡੀਆ ਕੀ ਆਪਣੇ ਮੰਤਰਾਲੇ ਦੀ ਉਪਲਬਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਪੂਰੀ ਹੋਰੇ ਆਖਿਆ ਕਿ ਇਹ ਗਠਬੰਧਨ ਬਖ ਬਖ ਸਰਕਾਰੇ ਅੰਤਰਰਾਸ਼ਟਰੀ ਸੰਗਠਨ ਅਤੇ ਉਦਯੋਗਾਂ ਕੀ ਜੈਵ ਇੰਧਨ ਅਪਣਾਣੇ ਚ ਮਦਦ ਤੇ ਸੁਵਿਧਾ ਪ੍ਰਦਾਨ ਕਰਦਾ ਹੈ ਪੁੰਛ ਜ਼ਿਲ੍ਹੇ ਚ ਅਜੇ ਸੁਰੱਖਿਆ ਬਲੇ ਇੱਕ ਤਪਾਈ ਅਭਿਆਨ ਚਲਾਇਆ ਅਧਿਕਾਰਿਕ ਜਾਣਕਾਰੀ ਮੁજબ ਫੌਜ ਤੇ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਮੈਂਡਰ ਚ ਕਾਚਬਲਾਰੀ ਤੇ ਮੰਡੀ ਚ ਅਰਧੇ ਇਲਾਕੇ ਚ ਕੇਸ਼ ਸੰਦੇਗਦ ਨਕਲੋਰ ਕਤ ਦਿਖੇ ਜਾਣ ਬਾਰੇ ਤੋਂ ਹੀ ਦੀ ਇੱਕ ਟਕੋਦੀ ਸੂਹ ਪ੍ਰਕਾਰ ਵਾਈ ਕਰਦੀ ਹੋਈ ਟੁਪਾਈ ਅਭਿਆਨ ਚਲਾਇਆ ਖੀਰੀ ਜਾਣਕਾਰੀ ਤੋਂ ਨੇ ਦਕਰ ਅਭਿਆਨ ਜਾਰੀ ਹਾ ਔਰ ਬਿਓਰੇਗੇ ਇਮਪਲ ਗਿਆ ਜਾ ਕਰਦਾ ਹੈ ਰਾਮਬੰਦਹ ਉਦਯੋਗਿਕ ਸਿਖਲਾਈ ਸੰਸਥਾਨ ਆਈਟੀਆਈ ਚ ਅੱਜ ਦੋ ਤਿਹਾਰ ਦੇ ਵਿਗਿਆਨ ਉਤਸਵ ਦਾ ਆਯੋਜਨ ਕੀਤਾ ਗਿਆ ਜਿਹਦਾ ਉਦਘਾਟਨ ਰੋਜ਼ਗਾਰ ਮੈਕਨ ਦੇ ਡਾਇਰੈਕਟਰ ਨਸਾਰ ਅਹਿਮਦਵਾਨੀ ਔਰ ਨੇ ਕੀਤਾ ਇਹਦਾ ਆਯੋਜਨ ਪਰ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਤੇ ਜਮੂ ਕਸ਼ਮੀਰ ਦੀ ਵਿਗਿਆਨ ਟੈਕਨੋਲੋਜੀ ਤੇ ਨਮੀ ਇਕਾਡੇ ਸਰਬੰਦੀ ਕਾਉਂਸਲ ਦੇ ਸਹਿਯੋਗ ਕਰਨੇ ਕੀਤਾ ਜਾ ਕਰਦਾ ਹੈ ਇਸ ਮੌਕੇ ਪਰ ਵਿਦਿਆਰਥੀਏ ਵਿਗਿਆਨਿਕ ਨਮੂਨੇ ਵਾਲੀ ਇੱਕ ਪ੍ਰਦਰਸ਼ਨੀ ਨਾਰੇ ਲਿਖਨੇ ਤੇ ਪੋਸਟਰ ਬਣਾਉਣੇ ਸਰਬੰਦੀ ਮੁਕਾਬਲੇ ਤੇ ਸਾਂਸਕ੍ਰਿਤਿਕ ਕਾਰਜਕ੍ਰਮੇ ਚਸਾ ਲਾਤਾ ਇਹਦੇ ਲਾਵਾ ਐਸ ਡੀ ਆਰ ਐਫ ਦੇ ਮਲਾਜ਼ਮੇ ਜੀਵਨ ਰક્ષਕ ਤਕਨੀਕਾਂ ਦਾ ਪ੍ਰਦਰਸ਼ਨ ਵੀ ਕੀਤਾ ਇਸ ਮੌਕੇ ਬੋਲਦੀ ਹੋਈ ਰੋਜ਼ਗਾਰ ਵਿਭਾਗ ਦੇ ਡਾਇਰੈਕਟਰ ਨਿਸਾਰ ਅਹਿਮਦ ਹੋ ਰੇ ਆਂਖਿਆ बच्चों को नंबर वन एक साइंटिफिक टेम्परमेंट देना है और दूसरे साथ साथ उनको अपने पैरों पर खड़ा करके अपनी जो लाइवलीहुड है प्रोडक्टिव बनने की सलाह देना तो वो स्किल डेवलपमेंट के दूर ही दे सकते हैं क्योंकि बेसिक नॉलेज है जो बेसिक बेसिक्स है जो डिग्रीज है वो इस वक्त के फील्ड में बहुत ही कम इस्तेमाल होती है तो उसी कंसेप्शन को लेकर हमने आज ये प्रोग्राम यहाँ किया है कि यूथ को अपने पैरों पर खड़ा होने की तरगीब दी जाए ਦੀ ਖਬਰਾਂ ਤੁਸ ਆਕਾਸ਼ਵਣੀ ਜੰਮੂਪ੍ਰਾਸੋਂ ਆਰਤਿਓ ਬਾਕੀ ਦੀਆਂ ਖਬਰਾਂ ਕਰਨੇ ਵਿਜੇ ਬਜਾਜ ਅੰਤੀ 5 ਜਨਵਰੀ ਕੀ ਮਨਾਏ ਜਾਣੇ ਵਾਲੇ ਪ੍ਰਕਾਸ਼ ਪਰਵ ਦੇ ਸਰਬੰਧ ਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਪਾਸਿਆ ਚਾਂਦਕੌਰ ਗੁਰਦੁਆਰੇ ਸ਼ਾਲੇ ਯੇ ਨਾਨਕਨਗਰ ਗੁਰਦੁਆਰੇ ਤੋੜੀ ਅੱਜ ਇੱਕ ਵੱਡੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਉਪ ਪ੍ਰਧਾਨ ਬਲਵਿੰਦਰ ਸਿੰਘ ਹੋਣੇ ਦੱਸਿਆ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੋਂ ਦੀ ਜਨਮਤੀ ਦੇ ਮੌਕੇ ਪਰ 5 ਜਨਵਰੀ ਕੀ ਪ੍ਰਕਾਸ਼ ਪਰਵ ਮਨਾਇਆ ਜਾਗ ਸਕੂਲੀ ਬੱਚੇ ਤੇ ਸਿੱਖ ਸੰਗਤ ਨੇ ਚਾਂਦਕੌਰ ਗੁਰਦੁਆਰੇ ਧਮਾ ਇਸ ਨਗਰ ਕੀਰਤਨ ਚ ਸਾਲਾਤਾ ਤੇ ਇਸ ਧਾਰਮਿਕ ਕਾਰਜਕ੍ਰਮ ਦੇ ਦੌਰਾਨ ਸਿੱਖ ਨੌਜਵਾਨਾਂ ਨੇ ਬਖ ਬਖ ਗਤੀਵਿਧੀਆਂ ਜਿਹਾਂ ਤਲਵਾਰਬਾਜ਼ੀ ਤੇ ਗੱਤਕੇ ਦਾ ਬੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਆਕਾਸ਼ਵਾਣੀ ਕਨੇ ਗੱਲ ਕਰਦੀ ਹੋਈ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਉਪ ਪ੍ਰਧਾਨ ਬਲਵਿੰਦਰ ਸਿੰਘ ਰਿੰਦਸਿਆ ਬਲਵਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਸਪੋਰਟ ਪਰਮਾ ਪੂਰੇ ਜੰਮੂ ਵਾਸੀਓ ਜੀ ਕੁਮਿੰਦ ਸਿੰਘ ਮਾਰੇ ਦੇ ਪ੍ਰਕਾਸ਼ ਗੁਰੂ ਕੀ लाख लाख बधाई देता हूँ जैसे दसम पिता गुरु गोविंद सिंह महाराज का पांच तरीक को प्रकाश पर्व मनाया जा रहा आज उस उपलक्ष्य में एक नगर कीर्तन निकाला गया मैं लोगों से यह दरख्वास जरूर करूंगा पांच तरीक के प्रकाश पूर्व में गुरुद्वारा गुरु नानक देव जी चांद नगर में पहुंचकर बड़े अच्छे से प्रचारक बाहर से भी आ रहे हैं आप आके उनको सुनिए गुरु महाराज की ब्लेसिंग हासिल करने के लिए आप जरूर वहाँ पर आए ਪਾਰਟੀ ਚੁਨਾਵ ਆਯੋਗ ਦੇ ਨਿਰਦੇਸ਼ੇ ਮੁਜਬ ਬਨਨੇ ਵਾਲੇ ਜ਼ਿਲ੍ਹੇ ਰਜੋਰੀ ਦੀਆਂ ਬੱਕ ਬੱਕ ਪੰਚਾਇਤਾਂ ਚ ਵੀ ਵੀ ਪੈਡ ਮਸ਼ੀਨ ਨੇ ਬਾਰੇ ਇੱਕ ਜਾਗਰੂਕਤਾ ਕੈਂਪ ਦਾ ਸਿਰਸਤਾ ਕੀਤਾ ਗਿਆ ਜ਼ਿਲ੍ਹਾ ਇੰਤਜ਼ਾਮੀਆਂ ਪਾਸਿਆਂ ਖਡੇਰੀ ਗਈ ਟੀਮ ਨੇ ਅੱਜ ਜ਼ਿਲ੍ਹੇ ਦੀ ਦਲੋਗਰਾ ਪੰਚਾਇਤ ਜਾਏ ਲੋਕਾਂ ਕੀ ਈਵੀਐਮ ਤੇ ਵੀ ਵੀ ਪੈਡ ਮਸ਼ੀਨ ਨੇ ਬਾਰੇ ਮਤਪੂਰਨ ਜਾਣਕਾਰੀ ਦਿੱਤੀ ਵੀ ਵੀ ਪੈਡ ਮਸ਼ੀਨ ਦਾ ਮਕਸਦ ਮਤਦਾਤਾں ਕੀ ਇਸ ਗਲਤ ਅਪ੍ਰੋਸਾ ਦੁਆਣਾ ਜੇ ਉਹਨੇ ਜਿਹੜੇ ਮੇਦਵਾਰ ਕੀ ਵੋਟ ਪਾਇਆ ਉਹਦਾ ਵੋਟ ਵਾਕਈ ਉਸੇ ਮੇਦਵਾਰ ਜਾਂ ਪਾਰਟੀ ਕੀ ਗਿਆ ਹੈ ਸਾਡੇ ਜ਼ਿਲ੍ਹਾ ਸੰਵਾਦਦਾਤਾ ਨੇ ਸਰਬੰਧਾ ਚ ਮਾਸਟਰ ਟ੍ਰੇਨਰ ਅਮੀਨ ﺍﻟहक़ ਨੂੰ ਦੇ ਨੇ ਗੱਲਬਾਤ ਕੀਤੀ। हम हर पोलिंग स्टेशन में जाकर लोगों को अवेयर कर रहे हैं वोट डालने का तरीका बता रहे हैं जो लोगों के अंदर शक हुआ था हम एक पार्टी को वोट डालते हैं वो हमारा वोट दूसरी जगह पड़ रहा है वो भी क्लियर करके बता रहे हैं हमारी नई मशीन जो वी वी पैड है वो बता रही है जो वोट आप डालते हैं सात सेकेंड के लिए पर्ची जो सामने डिस्प्ले हो रही है वोटर डालने के बाद मुतमिन हो जाता है हम जिस पार्टी को वोट डाल रहे हैं हमारा वोट वहीं पड़ रहा है ਲੂਕ ਨਿਰਮਾਨ ਤੇ ਮੱਛੀ ਪਾਲਣ ਵਿਭਾਗ ਦੇ ਸਾਂਝੇ ਯਤਨ ਨੇ ਕਨ੍ਹ ਬਾਗੇ ਬਹੁ ਵਾਲੇ ਅਕੁਅਰੀਅਮ ਦੀ 18 ਕਰੋੜ 57 ਲੱਖ ਰੁਪਏ ਦੇ ਖਰਚ ਕਰਨਿਆ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਦੋਵੇਂ ਚਰਨ ਤਹਿਤ 64 ਫੁੱਟ ਲੰਮੀ ਪੈਦਲ ਟੁਰਨੇ ਵਾਲੀ ਇੱਕ ਸੁਰੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਹਦੇ ਚ 4 ਲੱਖ ਲੀਟਰ ਪਾਣੀ ਰੱਖਣ ਦੀ ਸਮਰਥ ਹੋਗ। ਸਮਾਰਟ ਸਿਟੀ ਲਿਮਟਿਡ ਜੰਮੂ ਦੇ ਤਹਿਤ ਇਹ ਸ਼ਾਨਦਾਰ ਪ੍ਰੋਜੈਕਟ ਔਰ ਮਤਿ ਸੈਲਾਨੀਏ ਕੀ ਆਕਰਸ਼ਿਤ ਕਰੋਗ ਤੇ ਇਹ ਦਿਨ ਨਾ ਖੇਤਰ ਚ ਆਰਥਿਕ ਗਤੀਵਿਧੀਆਂ ਕੀ ਵੀ 발ਥੋਗ। ਜੰਮੂ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਯਾਦਵੋ ਨੇ ਇਸ ਬਾਰੇ ਬਿਆਰੇ ਸਾਂਝੇ ਕਰਦੀ ਹੋਈ ਦੱਸਿਆ ਜੇ ਇਲਾ ਇਸ ਪ੍ਰੋਜੈਕਟ ਦੇ ਟਾਂਚੇ ਸਰਬੰਦੀ ਕੰਮ ਤੋੜ ਚੜਾਇਆ ਜਾ ਕਰਦਾ ਤੇ ਪੂਰਾ ਹੋਈ ਜਾਣੇ ਪਰ ਇਹ ਪ੍ਰੋਜੈਕਟ ਜੰਮੂ ਚ ਸੈਲਾਨੀਆਂਾਸਤੇ ਇੱਕ ਵੱਡਾ ਆਕਰਸ਼ਨ ਬਣੀ ਜਾਗ ਸੜੇ ਸੰਵਾਦ ਦਤਕ ਨੇ ਗੱਲ ਕਰਦੀ ਹੋਈ ਜੰਮੂ ਸਮਾਰਟ ਸਿਟੀ ਦੇ ਸੀਈਓ ਰਾਹੁਲ ਯਾਦਵੋ ਨੇ ਦੱਸਿਆ एक्वेरियम को एक बेटर बनाया जा रहा है और ये हमारा 18 करोड़ का प्रोजेक्ट है जिसमें एक टनल करीब 18 मीटर की बनाई जा रही है जिसमें लोग टनल में से निकल के जाएंगे और उनके चारों तरफ एक्रेलिक ग्लास के पीछे जो है वो फिशिज है डिफरेंट डिफरेंट स्पीसीज की वो वहाँ पर रहेंगी इसको पी डिपार्टमेंट द्वारा एग्जीक्यूट किया जा रहा है स्ट्रक्चर वर्क है वो चल रहा है उसके साथ ही

ਭਦਰਵਾਦੀ ADC ਦਿਲਮੀਰ ਚੌਧਰੀਓ ਨੇ ਵੀਡੀਓ ਅਨੂਪ ਸ਼ਰਮਾ ਹੰਦ ਨੇ ਪੰਚਾਇਤ ਘਰ ਚ ਸਥਾਪਿਤ CCTV ਨਿਯੰਤਰਣ ਕਕਸ਼ ਦਾ ਉਦਘਾਟਨ ਕੀਤਾ ਸਾਡੇ ਸੰਵਾਦ ਦਾਤ ਨੇ ਇਸ ਮੌਕੇ ADC ਦਿਲਮੀਰ ਚੌਧਰੀਓ ਹੰਦ ਨੇ ਗੱਲ ਕੀਤੀ आज इन्होंने यहाँ पे सीसीटीवी कैमरास जो है अपने टाउन में इंस्टॉल कर दिए जिससे ट्रैफिक मूवमेंट है उस पर नजर रखेगी हमें ये सीसीटीवी कैमरास जो है एडमिनिस्ट्रेशन के काम आएंगे और खास करके अगर कोई रात को जैसे लास्ट टाइम भी इनकी चोरियां हुई यहाँ पे रोड से कुछ वो चोरियां जो है वो कम हो जाएंगी एक सर्विलेंस में जो है काम आएंगे ये तो भद्रवा में पूरे सब डिविजन में ये पहली पंचायत है की जिन्होंने सीसीटीवी टीवी कैमराज अपने टाउन में इंस्टॉल करके इनका कंट्रोल जो है अपने पंचायत घर में रखा है ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਦੂਆ ਕ੍ਰਿਕਟ ਟੈਸਟ ਮੈਚ ਅੱਜ ਕੇਪ ਟਾਊਨ ਦੇ ਨਿਊ ਲੈਂਡਜ਼ ਸਟੇਡੀਅਮ ਚ ਖੇਡਿਆ ਜਾ ਰਿਹਾ ਹੈ। ਭਾਰਤੀ ਸਮੇਂ ਮੁਤਾਬਕ ਦੁਪਹਿਰੀ 1:30 ਵਜੇ ਸ਼ੁਰੂ ਹੋਏ ਇਸ ਮੈਚ ਚ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ ਚ 10 ਵਿਕਟਾਂ ਦੇ ਨੁਕਸਾਨ ਪਰ ਛੜੇ 55 ਰੰਸ ਕੇ ਬਣਾਈ ਸਕੀ। ਇਹ ਦੇਸ਼ਾਂ ਪਹਿਲੇ ਦੱਖਣੀ ਅਫਰੀਕਾ ਨੇ ਟਾਸ ਜਿੱਤੀ ਹੈ, ਪਹਿਲੇ ਬੱਲੇਬਾਜ਼ੀ ਕਰਨੇ ਦਾ ਫੈਸਲਾ ਲੈਂਤਾ ਪਰ ਉਹਦਾ ਇਹ ਫੈਸਲਾ ਬਿੰਦ ਵੀ ਠੀਕ ਸਾਬਤ ਨਹੀਂ ਹੋਆ। ਤੋ ਅਹੀਂ ਖੀਰੀ ਜਾਣਕਾਰੀ ਤੋਂ ਨੇ ਤਕਰ ਭਾਰਤ ਨੇ ਆਪਣੀ ਪਹਿਲੀ ਪਾਰੀ ਚ 4 ਵਿਕਟਾਂ ਦੇ ਨੁਕਸਾਨ ਪਰ 111 ਰ ਸ਼੍ਰੇਂਖਲਾ ਦੇ ਪਹਿਲੇ ਟੈਸਟ 'ਚ ਜਿੱਤ ਦਾ ਅਸਲ ਕਰੀਏ ਦੱਖਣੀ ਅਫਰੀਕਾ ਨੇ 1 ਸਿਫਰ ਦੀ ਬੜਤ ਬਣਾਈ ਲੈਤੀ ਥੀ ਉਸ ਮੈਚ 'ਚ ਭਾਰਤ ਦੀ ਇੱਕ ਪਾਰੀ ਤੇ 32 ਰੰਜਨ ਦੀ ਹਰ ਦਾ ਸਾਹਮਣਾ ਕਰਨਾ ਪਿਆ ਖਾ ਇਸ ਕਰੀਏ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਮੌਜੂਦਾ ਮੈਚ ਜਿੱਤਣੇ ਦੀ ਪੂਰੀ ਪੂਰੀ ਕੋਸ਼ਿਸ਼ ਕਰਾਰਦੀ ਹੈ ਤਿਆਖੀ ਰੇ ਚ ਖਾਸ ਖਾਸ ਖਬਰਾਂ ਇਕ ਬਰੀ ਪਰਤੀ ਉਪ ਰਾਸ਼ਪਤੀ ਜਗਦੀਪ ਧਨਖੜੌਰ ਕੱਲ ਜੰਮੂ ਕਸ਼ਮੀਰ ਦੇ ਦੌਰੇ ਪਰ ਆਵਾ ਕਰ ਦੇਣਾ ਉਸ ਕੌਸਟ ਜੰਮੂ ਦੇ ਦਿਖਸ਼ਾਂਤ ਸਮਾਰੋਚ ਸਲੇੰਗਨ ਤਕਤਵਾ ਚ ਸਟਾਰਟਅਪ ਐਕਸਪੋ ਦਾ ਉਦਘਾਟਨ ਵੀ ਕਰਗਨ ਵਿਕਸਿਤ ਪਾਰ ਸੰਕਲਪ ਯਾਤਰਾ ਜੰਮੂ ਸੰਭਾਗ ਚ ਜ਼ੋਨੇਸ਼ੋਰੇ ਚਾਰੀਸ ਯਾਤਰਾ ਦੇ ਰਾਏ ਲੋਕੀ ਕੀ ਸਰਕਾਰੀ ਯੋਜਨਾਏ ਤੇ ਉਹਦੇ ਫਾਇਦੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਹੋਰੀਆਂ ਅੱਖਿਆਜ ਅਜਿੰਤਾ ਕਰਬਾਈ ਮੁਲਕ ਤੇ 12 ਅੰਤਰਰਾਸ਼ਟਰੀ ਸੰਗਠਨ વૈશ્વਿਕ ਜੈਵਿਕ ਇੰਧਨ ਗਠਬੰਧਨ ਕਨੇ ਜੁੜੀ ਚੁਕੇ ਤੇ ਹੰਦੀ 5 ਜਨਵਰੀ ਕੀ ਮਨਾਏ ਜਾਣ ਵਾਲੇ ਪ੍ਰਕਾਸ਼ ਪर्व ਦੇ ਸਿਲਸਿਲੇ 'ਚ ਅੱਜ ਜਮੂਸ਼ਹਿਰਾ ਚ ਇੱਕ ਵੱਡੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਦੇ ਕੰਨੇ ਗੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ